ਹੀ ਨਹੀਂ ਕਰਨੀ। ਇਹਦੇ ਨਾਲ ਜੁੜਿਆ ਹੋਇਆ ਮਸਲਾ ਹੈ ਉਹਨਾਂ ਸਾਮਰਾਜੀ ਕੰਪਨੀਆਂ ਤੇ ਸਾਮਰਾਜੀ ਦੇਸ਼ਾਂ ਦੀ ਲੁੱਟ ਨੂੰ ਬੰਦ ਕਰਨ ਸਾਮਰਾਜ ਦੇ ਰੂਪ ਦੇ ਵਿੱਚ ਕੰਬ ਗਿਆ। 96 ਕਰੋੜ ਰੁਪਇਆ ਜਾਰੀ ਕਰਾਇਆ ਖੁਦਕਸ਼ੀਆਂ ਦੇ ਪਰਿਵਾਰਾਂ ਨੂੰ ਮਿਲਿਆ ਜਿਹੜੇ ਆਪਣੇ ਨਾਲ ਮਜ਼ਦੂਰ ਸੀ ਪੰਜਾਬ ਖੇਤ ਮਜ਼ਦੂਰ ਜੁੜਿਆ ਨਾ ਕਿੰਨੇ ਹੀ ਮਜ਼ਦੂਰਾਂ ਦੇ ਕਿਸੇ ਸਰਕਾਰ ਨੇ ਨਹੀਂ ਕਬਜ਼ਾ ਦਵਾਇਆ। ਤੁਸੀਂ ਬਹੁਤ ਵੱਡਾ ਢੋਲ ਕਾਲੇ ਕਾਨੂੰਨਾਂ ਦੇ ਖਿਲਾਫ ਲੜਿਆ ਇਹਨਾਂ ਕਾਨੂੰਨਾਂ ਦੇ ਖਿਲਾਫ पूरे भारत के दूजिया स्टेटा आले नाल जुड़े आए वोटा तो बाद साडा बुरा हाल हुंदा है। खास करके दिल्ली आले ढोल दे विच बहुत वड्डी पद्धर ते किसानी ढोल शामिल होई है ते जिहड़े किसानी दे हिस्से एडे वे घोल शामिल नहीं हो आने घोलों च शामिल कराने आज सिर जोड़ी बैठे हो भैन भरा तकदर करना पैना हिम्मत करनी पैनी है उन्होंने संघर्षा च लिया पैना साढ़े भारतीय किसानों एकता ग्राह के संविधान मुताबक जेड़े मजदूर है खेत मजदूर जिन्हां नूं असीं बेजमीने किसान कहा होया देखो जिहड़ी इह रैली रखी है असीं लोक कल्याण रैली इहदा नाम दित्ता है ते लोकां नूं असीं चोणां वेले इह करदे आं प्रोग्राम हर चोणां वेले असीं करदे हुंदे आं ते बरनाला बचाले है बरनाले नूं असीं केंद्र मानदे आं ते असीं मालवे दा कट करदे आं। इह लोकां नूं दसदे आं वी जिहड़े साडे असली इशू ने इह वोट लड़ रहियां पार्टियां कदे नहीं लड़दियां ये पार्लीमानी ढांचा की है जिसे पार्लीमेंटी ढांचे के लोकतंत्र के जमहूरीयत का नारा मारिया जाता है जिसका कहा जाता है कि लोकतंत्र है इतने वोटा मिले ये लोग नुमाइंदे चुने कि नहीं जाते हैं तरीकाकार की है उदियां सारिया गलों का पर्दा फाश करने की खातर जी जिन्हें कुड़िया हुई पार्लीमेंटा विधानसभा ने उन्होंने थोड़ा कदे फायदा नहीं किया वो लोग कारपोरेट के पक्ष के फैसले करते उन्होंने नीतियां लागू करते ਉਹਨਾਂ ਨਾਲ ਉਹ ਕਾਰਪੋਰੇਟ ਦੇ ਮੁਨਾਫੇ ਵਾਧਾ ਹੁੰਦੇ ਨੇ ਤੇ ਸੋਡੀਆਂ ਜੇਬਾਂ ਚੋਂ ਕੱਢ ਕੇ ਕਾਰਪੋਰੇਟ ਦੀਆਂ ਜੇਬਾਂ ਚੋਂ ਪਾਉਂਦੇ ਇਹ ਗੱਲ ਸਮਝਾਉਣ ਦੀ ਖਤਰੇ ਰਹਿੰਦੀ ਇਹ ਗੱਲ ਕਰਨੀ ਹੁੰਦੀ ਅੱਜ ਵੀ ਵੋਟਾਂ ਨੂੰ ਜਾਗਰੂਕ ਕਰਨ ਦੀ ਰੈਲੀ ਰੱਖੀ ਹੈ। ਭਾਜਪਾ ਗਠਬੰਧਨ ਆਏਗੀ ਨਾ ਤੇ ਆਪਣਾ ਕੰਮ ਖੋਲਣ ਲਈ 10 ਲੱਖ ਤੱਕ ਦਾ ਸਥਾਨ ਲੋਨ ਦੇਗੀ। ਬਹੁਤ ਬਹੁਤ ਧੰਨਵਾਦ ਭਾਜਪਾ ਗਠਬੰਧਨ ਦਾ। प्रबल टीएमटी सरिया तुहाडे भरोसे दा प्रतीक जर्मन टेक्नोलॉजी दे नाल बनिया नॉर्थ इंडिया दा नंबर वन सरिया अ प्रोडक्ट ऑफ साल्सन स्टील्स। आ स्पोर्ट्स नाल की बनूंगा तेरा अपनी भैन नु देख ते तू भी अपनी पढ़ाई ते जोर दे। बस रहन दो मम्मी जी इस स्पोर्ट्स स्टार बनूंगा। ओके में बीजेपी आऊगी ਤਾਂ ਕਬੱਡੀ ਦੀ ਖੇਡ ਨੂੰ ਉਤਸ਼ਾਹਿਤ ਕਰਨ ਲਈ ਪੇਂਡੂ ਟੂਰਨਾਮੈਂਟ ਨੂੰ ਵਧਾਵਾ ਦੇਵੇਗੀ। ਸਾਨੂੰ ਬੀਜੇਪੀ ਚਾਹੀਦੀ ਹੈ। ਦੇਖੋ ਅਸੀਂ ਆਏ ਵਾਰ ਚੋਣਾਂ ਦੇ ਵਿੱਚ ਲੋਕਾਂ ਨੂੰ ਚੋਣਾਂ ਨੇ ਲੋਕਾਂ ਦੇ ਮਸਲੇ ਨਹੀਂ ਹੱਲ ਕਰਨੇ ਹੋਰ ਰਲਿਆਉਂਦੇ ਆ ਇਸ ਚੋਣਾਂ 'ਚ ਇਹ ਗੱਲ ਸਮਝਾਉਣ ਦੇ ਲਈ ਅਸੀਂ ਅੱਜ ਬਰਨਾਲਾ ਦੀ ਦਾਣਾ ਮੰਡੀ 'ਚ ਲੋਕ ਕਲਿਆਣ ਰੈਲੀ ਦੇ ਨਾਂ ਦੇ ਤਹਿਤ ਇਹ ਰੈਲੀ ਕਰ ਰਹੇ ਹਾਂ। ਕਿੰਨੇ 75 ਸਾਲ ਹੋ ਗਏ ਚੋਣਾਂ ਵੋਟਾਂ ਪਾਉਂਦਿਆਂ ਨੂੰ ਲੋਕਾਂ ਨੂੰ ਅਤੇ ਲੋਕਾਂ ਦੇ ਘਰਾਂ 'ਚ ਨਵੀਆਂ ਆਰਥਿਕ ਨੀਤੀਆਂ ਜਿਹੜੀਆਂ ਸਰਕਾਰਾਂ ਨੇ ਲਾਗੂ ਕੀਤੀਆਂ ਘਰਾਂ 'ਚ 70 ਪਿਸੇ ਹੈ ਬੇਰੁਜ਼ਗਾਰੀ ਵੱਧ ਗਈ ਹੈ ਮਹਿੰਗਾਈ ਵੱਧ ਗਈ ਹੈ ਅਤੇ ਲੋਕਾਂ ਦਾ ਆਏ ਦਿਨ ਬੁਰਾ ਹਾਲ ਹੋ ਰਿਹਾ। ਅਸੀਂ ਲੋਕਾਂ ਨੂੰ ਚੋਣਾਂ ਦੇ ਮੁਕਾਬਲੇ ਅੱਜ ਦੀ ਰੈਲੀ 'ਚ ਇਹ ਗੱਲ ਸਮਝਾਉਣਾ ਚਾਹੁੰਦੇ ਹਾਂ ਕਿ ਲੋਕਾਂ ਦੇ ਜਿਹੜੇ ਅਸਲ ਮੁੱਦੇ ਹੈ ਜਿੰਨਾ ਚਿਰ ਉਹ ਮੁੱਦੇ ਪੂਰੇ ਲੋਕ ਸਾਰੇ ਇਕੱਠੇ ਹੋ ਕੇ ਹੱਲ ਨਹੀਂ ਕਰਾ ਲੈਂਦੇ ਉਹਨਾਂ ਚਿਰ ਲੋਕਾਂ ਦਾ ਬਣਨਾ ਕੁਛ ਨਹੀਂ। 17 ਏਕੜ ਵਾਲਾ ਕਾਨੂੰਨ ਲਗਭਗ 55 ਦੇ ਵਿੱਚ ਬਣਿਆ ਹੋਇਆ ਹੈ ਕਿਸੇ ਪਾਰਟੀ ਦੀ ਸਰਕਾਰ ਨੇ ਉਹਨੂੰ ਲਾਗੂ ਨਹੀਂ ਕੀਤਾ। ਚੰਨੀ ਸਾਹਿਬ ਨੇ ਇੱਕ ਦਿਨ ਉਹਦਾ ਆਰਡਰ ਕੀਤਾ ਅਤੇ ਦੂਜੇ ਦਿਨ ਵਾਪਸ ਲੈ ਲਿਆ। ਲੱਖਾਂ ਏਕੜ ਜ਼ਮੀਨ ਪਈ ਹੈ ਜੇ ਪੰਜਾਬ ਦੇ ਵਿੱਚ ਵੀ ਇਹ ਕਾਨੂੰਨ ਲਾਗੂ ਕਰ ਦੇਣਾ ਹੋਵੇ
ਜਿਹੜੇ ਮਜ਼ਦੂਰ ਉਹ 8-4 ਮਰਲਿਆਂ ਦੇ ਪਲਾਟਾਂ ਪਿੱਛੇ ਤੁਰੇ ਫਿਰਦੇ ਹੈ, ਥੋੜ੍ਹ ਜ਼ਮੀਨੇ ਕਿਸਾਨਾਂ ਨੂੰ ਅਤੇ ਬੇਜ਼ਮੀਨੇ ਮਜ਼ਦੂਰਾਂ ਨੂੰ 3.25 ਕਿੱਲੇ ਵੰਡੇ ਆਉਂਦੇ ਹੈ। ਇਸੇ ਕਾਨੂੰਨ ਦੇ ਤਹਿਤ ਭਾਰਤ ਪੱਧਰ 'ਤੇ ਲਾਗੂ ਕਰਨਾ ਹੋਵੇ 5 ਕਿੱਲੇ ਜ਼ਮੀਨ ਵੰਡੀ ਆਉਂਦੀ ਹੈ ਹਰੇਕ ਨੂੰ। ਇਹਦੇ ਨਾਲ ਹੀ ਜਿਹੜੇ ਰੇਹ ਤੇਲ ਸਪਰੇ ਹੈ ਉਹਨਾਂ ਨੂੰ ਜਿਹੜੇ ਇੰਨੇ ਮੁਨਾਫੇ ਹੈ, ਉਹਨਾਂ ਦੇ ਇੰਨੇ ਮੁਨਾਫੇ ਰੋਕਣ ਦਾ ਸਵਾਲ ਹੈ। ਖੇਤੀ ਆ ਜਿਹੜੀ ਉਹ ਬਿਨਾਂ ਰੇਹਾਂ ਸਪਰੇਆਂ ਤੋਂ ਹੋਵੇ, ਤਾਂ ਕਿ ਜਿਹੜੇ ਲੋਕਾਂ ਨੂੰ ਵੱਡੀ ਪੱਧਰ 'ਤੇ ਬਿਮਾਰੀਆਂ ਫੈਲੀਆਂ, ਕੈਂਸਰ ਦੀ ਗੱਲ ਹੈ, ਕਾਲੇ ਪੀਲੇ ਦੀ ਗੱਲ ਹੈ, ਹੁਣ ਆ ਕਰੋਨਾ ਆ ਗਿਆ, ਇਹ ਇਹਨਾਂ ਦੀ ਦੇਣ ਹੈ। ਦੋਸ਼ ਭਾਵੇਂ ਲੋਕਾਂ 'ਤੇ ਲਾਉਂਦੇ ਵੀ ਲੋਕ ਸਪਰੇ ਕਰੀ ਜਾਂਦੇ ਆ, ਕਿਸਾਨਾਂ ਦੇ ਖੇਤ 'ਚ ਕਿਹੜਾ ਕਾਰਖਾਨਾ ਲੱਗਿਆ ਦਵਾਈ ਤਿਆਰ ਕਰਨ ਵਾਲਾ। ਇਸ ਕਰਕੇ ਅਸੀਂ ਲੋਕਾਂ ਨੂੰ, ਜਿੰਨਾ ਕਾਲੇ ਕਾਨੂੰਨਾਂ ਤੋਂ ਬਾਅਦ ਲੋਕ ਸਿਆਣੇ ਹੋਏ ਆ, ਵੱਡੀ ਗਿਣਤੀ ਲੱਗੀ ਹੈ, ਉਹਨਾਂ ਨੂੰ ਗਾਹਾਂ ਵਾਲੀ ਗੱਲ 'ਤੇ ਝਾਤ ਪਵਾਉਂਦੇ ਹਾਂ ਕਿ ਛੋਟੇ ਮੋਟੇ ਮਸਲੇ ਜਿਹੜੇ ਹੱਲ ਕਰਾ ਲਏ, ਇਹਨਾਂ ਨਾਲ ਨਹੀਂ ਆਪਣਾ ਸਰਨਾ। ਆਪਣਾ ਤਾਂ ਪੂਰੀ ਜਿਹੜੀ ਜ਼ਮੀਨ ਹੈ ਉਹਦੀ ਥੋੜ੍ਹਾ ਉਹਦੀ ਪੂਰੀ ਕਰਾਉਣ ਦੀ ਗੱਲ ਹੈ। ਜਿਹੜੇ ਕਾਰਪੋਰੇਟ ਘਰਾਣੇ ਹੈ ਜਿਨ੍ਹਾਂ ਨੂੰ ਲੱਖਾਂ ਕਰੋੜਾਂ ਏਕੜ ਛੱਡੇ ਜਾਂਦੇ ਹੈ, ਉਹਨਾਂ 'ਤੇ ਟੈਕਸ ਲੱਗਣ, ਲੋਕਾਂ ਨੂੰ ਰਿਆਇਤਾਂ ਮਿਲਣ। ਜਿਹੜੇ ਬਾਹਰਲੇ ਮੁਲਕਾਂ ਨਾਲ ਇਹਦੇ ਸਮਝੌਤੇ ਹੈ, ਡਾਂਕਲ ਸਮਝੌਤਾ ਹੈ, ਹੋਰ ਜਿਹੜੇ ਸਮਝੌਤੇ ਕੀਤੇ ਹੈ, ਉਹਨਾਂ ਸਮਝੌਤਿਆਂ 'ਚੋਂ ਜਿੰਨਾ ਚਿਰ ਦੇਸ਼ ਬਾਹਰ ਨਹੀਂ ਆਉਂਦਾ, ਉਹਨਾਂ ਚਿਰ ਨਾ ਦੇਸ਼ ਤਰੱਕੀ ਕਰੇ ਨਾ ਸਾਡੇ ਦੇਸ਼ ਦੇ ਲੋਕ ਤਰੱਕੀ ਕਰ ਸਕਣ। ਉਹਦੇ ਲਈ ਅਸੀਂ ਅੱਜ ਤਗੱਦਰ ਕੀਤਾ ਹੈ। ਬਹੁਤ ਸਾਰੇ ਭਰਾ ਕਹਿੰਦੇ ਸੀ ਵੀ ਚੋਣਾਂ ਦਾ ਮੌਸਮ ਹੈ, ਕਿਹਨੇ ਆਉਣਾ ਹੈ, ਤੁਹਾਡੇ ਸਾਹਮਣੇ ਲੱਖਾਂ ਲੋਕ ਸਾਡੇ ਭੈਣ ਭਰਾ ਜੁੜੇ ਹੋਏ ਆ ਇਸ ਕੱਟ ਦੇ ਵਿੱਚ। ਇਹ ਮੁਹਿੰਮ ਅਸੀਂ ਆਏ ਵਾਰ ਚਲਾਉਣੀ ਅਤੇ ਐਕਤੀ ਵੀ ਚਲਾਈ ਹੈ। ਚੋਣਾਂ ਦੇ ਵਿੱਚ ਸਾਡਾ ਬਹੁਤ ਸਪਸ਼ਟ ਹੈ ਕਿ ਨਾ ਅਸੀਂ ਚੋਣਾਂ 'ਚ ਆਪ ਖੜ੍ਹੇ ਹੁੰਦੇ ਹਾਂ ਅਤੇ ਨਾ ਕਿਸੇ ਦੀ ਸਪੋਰਟ ਕਰਦੇ ਹਾਂ। ਵੋਟਾਂ ਲੋਕਾਂ ਦੀ ਮਰਜ਼ੀ ਹੈ ਕਿਹਨੂੰ ਪਾਉਣੀ ਹੈ ਕਿਹਨੂੰ ਨਾ ਪਾਉਣੀ ਹੈ। ਇਹਦੇ ਨਾਲ ਜ਼ਰੂਰ ਸੱਦਾ ਦਿੰਦੇ ਹਾਂ, ਨਾਰਾ ਦਿੰਦੇ ਹਾਂ ਕਿ ਵੋਟ ਜਿਹਨੂੰ ਮਰਜ਼ੀ ਪਾ ਲਓ, ਆਸ ਨਾ ਰੱਖਿਓ, ਸਰਕਾਰਾਂ ਤੋਂ ਨਾ ਝਾ ਕਰੋ, ਆਪਣੀ ਰੱਖੀ ਆਪ ਕਰੋ। ਉਹ ਗੱਲਾਂ ਅਸੀਂ ਲੋਕਾਂ ਨੂੰ ਸਮਝਾ ਰਹੇ ਹਾਂ ਅਤੇ ਲੋਕ ਤੇਜ਼ੀ ਨਾਲ ਗੱਲਾਂ ਸਮਝਣ ਲੱਗੇ। ਸਾਡਾ ਇਸ ਰੈਲੀ ਜੋ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਦੇ ਵੱਲੋਂ ਵੋਟ ਭਰਮ ਤੋੜੋ, ਲੋਕ ਤਾਕਤ ਜੋੜੋ, ਵੋਟਾਂ ਦੇ ਜਦੋਂ ਅੱਜ 3 ਦਿਨ ਰਹਿੰਦੇ ਆ ਉਸ ਸਮੇਂ ਬਰਨਾਲਾ ਦੀ ਦਾਣਾ ਮੰਡੀ ਦੇ ਵਿੱਚ ਲੋਕ ਕਲਿਆਣ ਰੈਲੀ ਕੀਤੀ ਜਾ ਰਹੀ ਹੈ। ਇਹ ਬਹੁਤ ਇਤਿਹਾਸਕ ਰੈਲੀ ਹੈ, ਬਹੁਤ ਪੱਖਾਂ ਤੋਂ ਇਤਿਹਾਸਕ ਰੈਲੀ ਹੈ। ਜਦੋਂ ਸਾਡੇ ਭਾਰਤ ਦੇ ਹਾਕਮ ਅਤੇ ਖਾਸ ਕਰਕੇ ਪੰਜਾਬ ਦੇ ਵਿਧਾਇਕ ਵੱਖ ਵੱਖ ਵੋਟ ਪਾਰਟੀਆਂ ਲੋਕਾਂ ਤੋਂ ਵੋਟਾਂ ਲੈਣ ਦੇ ਲਈ ਜਿਹੜੇ ਲੋਕਾਂ ਦੇ ਮੁੱਦੇ ਨਹੀਂ ਉਹ ਮੁੱਦੇ ਲੈ ਕੇ ਆ ਰਹੀਆਂ ਨੇ ਕਿ ਇੱਥੇ ਪੰਜਾਬ ਨੂੰ ਖਤਰਾ ਹੈ, ਇੱਥੇ ਅਸੀਂ ਭ੍ਰਿਸ਼ਟਾਚਾਰ ਖਤਮ ਕਰ ਦਾਂਗੇ, ਇੱਥੇ ਅਸੀਂ ਭੂ ਮਾਫੀਆ ਖਤਮ ਕਰ ਦਾਂਗੇ ਅਤੇ ਜਾਤਾਂ ਅਤੇ ਧਰਮਾਂ ਦੇ ਵਿੱਚ ਵੰਡ ਰਹੀਆਂ ਨੇ। ਉਸ ਸਮੇਂ ਸਾਡੀ ਜਥੇਬੰਦੀ ਨੇ ਜਿਹੜੇ ਖਾਸ ਕਰਕੇ ਭਾਰਤ ਦੇ ਕਿਰਤੀ ਲੋਕਾਂ ਦੇ ਮੁੱਦੇ ਨੇ ਉਹਨਾਂ ਮੁੱਦਿਆਂ ਨੂੰ ਉਭਾਰਿਆ ਅਤੇ ਮੁੱਦਿਆਂ ਨੂੰ ਉਭਾਰ ਕੇ ਵੱਡੀ ਲਾਮਬੰਦੀ ਕਰਕੇ ਪਿੰਡਾਂ ਦੇ ਵਿੱਚ ਵੱਡੀ ਤਿਆਰੀ ਕਰਕੇ ਵੱਡਾ ਇਕੱਠ ਕੀਤਾ ਜਿਹੜਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਨੇ, ਔਰਤਾਂ ਪਹੁੰਚੀਆਂ ਨੇ, ਕਿਸਾਨ ਮਜ਼ਦੂਰ ਸਭ ਵਰਗਾਂ ਦੇ ਲੋਕ ਪਹੁੰਚੇ ਨੇ। ਇੱਕ ਪਾਸੇ ਸਿਆਸੀ ਰੈਲੀਆਂ ਹੋ ਰਹੀਆਂ ਨੇ ਅਤੇ ਦੂਸਰੇ ਪਾਸੇ ਅੱਜ ਉਹ ਕਿਰਤੀ ਲੋਕਾਂ ਦੀ ਉਹ ਰੈਲੀ ਹੋ ਰਹੀ ਹੈ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਿਹੜੇ ਇੱਥੇ ਜੰਗੀਰਦਾਰ ਨੇ ਅਤੇ ਸ਼ਰਮਾਏਦਾਰ ਨੇ ਉਹਨਾਂ ਦਾ ਬਿਸਤਰਾ ਗੋਲ ਕੀਤਾ ਜਾਵੇ, ਉਹਨਾਂ ਨੂੰ ਚਲਦਾ ਕੀਤਾ ਜਾਵੇ ਅਤੇ ਲੋਕਾਂ ਦੇ ਪੱਖ ਦਾ ਵਿਕਾਸ ਮਾਡਲ ਲੈ ਕੇ ਆਉਂਦਾ ਜਾਵੇ, ਜ਼ਮੀਨਾਂ ਦੇ ਤਿੱਖੇ ਜ਼ਮੀਨੀ ਸੁਧਾਰ ਕਰਕੇ ਲੋੜਵੰਦ ਅਤੇ ਬੇਜ਼ਮੀਨੇ ਲੋਕਾਂ ਦੇ ਵਿੱਚ ਵੰਡੀ ਜਾਵੇ। ਬੀਜੇਪੀ ਗਠਬੰਧਨ ਨੇ ਘੋਸ਼ਣਾ ਕੀਤੀ ਹੈ, ਅਸੀਂ ਹਰ ਜ਼ਿਲ੍ਹੇ 'ਚ ਨਸ਼ਾ ਮੁਕਤੀ ਕੇਂਦਰ ਖੋਲਾਂਗੇ ਅਤੇ ਸਭ ਨੂੰ ਰੋਜ਼ਗਾਰ ਦੇ ਮੌਕੇ ਵੀ ਦੇਣਗੇ, ਮਤਲਬ ਹੁਣ ਮਿਲੇਗਾ ਸਾਡੇ ਬੱਚਿਆਂ ਨੂੰ ਅੱਛਾ ਮਾਹੌਲ। ਪ੍ਰਬਲ TMT ਸਰੀਆ ਤੁਹਾਡੇ ਭਰੋਸੇ ਦਾ ਪ੍ਰਤੀਕ। ਜਰਮਨ ਟੈਕਨੋਲੋਜੀ ਦੇ ਨਾਲ ਬਣਿਆ ਨਾਰਥ ਇੰਡੀਆ ਦਾ ਨੰਬਰ 1 ਸਰੀਆ, ਅ ਪ੍ਰੋਡਕਟ ਆਫ ਸਾਲਸਨ ਸਟੀਲਸ। ਮੈਂ ਸੁਣਿਆ ਸੀ ਪ੍ਰੀਤਮ ਦੀ ਸਿਹਤ ਖਰਾਬ ਹੈ, ਤੁਸੀਂ ਉਹਨੂੰ ਕੋਵਿਡ ਦੀ ਵੈਕਸੀਨ ਨਹੀਂ ਲਵਾਈ? ਅਸੀਂ ਗਰੀਬਾਂ ਨੇ ਟੀਕਾ ਕਿੱਥੋਂ ਲਾਉਣਾ ਜੀ, ਟੀਕਾ ਮਹਿੰਗਾ ਹੀ ਬੜਾ ਹੈ। ਸਾਨੂੰ ਸਾਰਿਆਂ ਨੂੰ ਕੇਂਦਰ ਸਰਕਾਰ ਵੱਲੋਂ ਕੋਰੋਨਾ ਦਾ ਮੁਫਤ ਟੀਕਾ ਲੱਗ ਰਿਹਾ ਹੈ। ਜਦ ਭਾਜਪਾ ਗਠਬੰਧਨ ਦੀ ਸਰਕਾਰ ਆਊਗੀ ਉਹ ਕੋਰੋਨਾ 'ਚ ਮਦਦ ਕਰਨ ਵਾਲੇ ਲੋਕਾਂ ਨੂੰ ਪੈਸੇ ਦੇ ਨਾਲ ਨਾਲ ਹੋਰ ਸਿਹਤ ਸਹੂਲਤਾਂ ਵੀ ਦੇਣਗੇ। ਇਹ ਤੇ ਬਹੁਤ ਵਧੀਆ ਗੱਲ ਹੈ ਜੀ। ਤੇ ਜਿਹੜਾ ਤਾਂ ਕਾਰਪੋਰੇਟ ਘਰਾਣੇ ਨੇ ਜੰਗੀਰਦਾਰ ਹੈ ਉਹਨਾਂ ਨੂੰ ਟੈਕਸ ਲਾਏ ਜਾਣ ਅਤੇ ਜਿਹੜੇ ਬਾਕੀ ਲੋਕ ਹੈ ਉਹਨਾਂ ਤੋਂ ਟੈਕਸ ਘਟਾਏ ਜਾਣ।
ਬੈਂਕਾਂ ਦਾ ਤੇ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਖੋਲਿਆ ਜਾਵੇ। WTO 'ਚ ਬਾਹਰ ਆਉਣ ਜਿਹੜਾ ਇੱਥੇ ਨਵ ਉਦਾਰਵਾਦੀ ਨੀਤੀਆਂ ਲੋਕਾਂ ਦਾ ਉਜਾੜਾ ਕਰਦੀਆਂ ਨੇ, ਉਹਨਾਂ ਨੂੰ ਪੁੱਠਾ ਗੇੜਾ ਦੇ ਕੇ ਲੋਕਾਂ ਦੇ ਪੱਖ ਦਾ ਮਾਡਲ ਵਿਕਾਸ ਮਾਡਲ ਲਿਆ ਕੇ ਅਤੇ ਐਂ ਜਿਹੜੀਆਂ ਨਵੀਆਂ ਨੀਤੀਆਂ ਦੇ ਤਹਿਤ ਜਿਹੜੀਆਂ ਰੁਜ਼ਗਾਰ ਉਜਾੜਦੀਆਂ ਉਹਨਾਂ ਨੂੰ ਲਾਂਬੂ ਲਾ ਕੇ ਲੋਕਾਂ ਦੇ ਪੱਖ ਦਾ ਰੁਜ਼ਗਾਰ ਮੁਖੀ ਨੀਤੀਆਂ ਲਿਆਉਂਦੀਆਂ ਜਾਣ ਅਤੇ ਜਿਹੜੀਆਂ ਖਾਸ ਕਰਕੇ ਊਚ ਨੀਚ ਜਾਤ ਪਾਤ ਧਾਰਮਿਕ ਵਿਤਕਰਿਆਂ ਦੇ ਵਿਤਕਰੇ ਕੀਤੇ ਜਾਂਦੇ ਨੇ, ਵਖਰੇਵੇਂ ਹੁੰਦੇ ਆ, ਉਹਨਾਂ ਨੂੰ ਖਤਮ ਕੀਤਾ ਜਾਵੇ। ਜਿਹੜੇ ਇੱਥੋਂ ਦੇ ਹਾਕਮਾਂ ਦੇ ਮੁੱਦੇ ਨਹੀਂ, ਲੋਕਾਂ ਦੇ ਮੁੱਦੇ ਹੈ। ਇੱਥੋਂ ਦੇ ਹਾਕਮ ਇਹਨਾਂ ਨੂੰ ਚਿੰਤਾ ਫੜ ਕੇ ਵੀ ਛੂਹਣ ਲਈ ਤਿਆਰ ਨਹੀਂ। ਇਸ ਕਰਕੇ ਲੜਾਈ ਬੇਮਿਰਚੀ ਹੈ, ਵੱਡੀ ਹੈ, ਤਿੱਖੀ ਹੈ, ਕੁਰਬਾਨੀਆਂ ਭਰੀ ਹੈਗੀ ਹੈ। ਇਹ ਲੜਾਈ ਆਉਣ ਵਾਲੇ ਸਮੇਂ ਦੇ ਵਿੱਚ ਲੜਨ ਦੇ ਲਈ ਲੋਕਾਂ ਨੂੰ ਪ੍ਰੇਰ ਰਹੇ ਹਾਂ, ਜਥੇਬੰਦ ਕਰ ਰਹੇ ਹਾਂ, ਸਭਨਾ ਵਰਗਾਂ ਨੂੰ ਨਾਲ ਲੈ ਰਹੇ ਹਾਂ ਕਿ ਇਹ ਸਭਨਾ ਵਰਗਾਂ ਦੀ ਲੜਾਈ ਹੈ ਅਤੇ ਜਦੋਂ ਇਹ ਲੜਾਈ ਲੜਨੀ ਹੈ ਤਾਂ ਸਰਕਾਰ ਦਾ ਜਬਰ ਵੀ ਵੱਡੀ ਪੱਧਰ 'ਤੇ ਆਉਂਦਾ ਹੈ ਅਤੇ ਉਸ ਜਬਰ ਨੂੰ ਰੋਕਣ ਦੇ ਲਈ ਅੱਜ ਵੋਟਾਂ ਦੀ ਉਸ ਰਾਮ ਰੌਲੇ ਦੇ ਵਿੱਚ ਲੋਕਾਂ ਦੀ ਤਾਕਤ ਜੋੜ ਕੇ ਲੋਕਾਂ ਦਾ ਇਕੱਠ ਕਰਕੇ ਇਹ ਉਹਨਾਂ ਨੂੰ ਚੁਣੌਤੀ ਵੀ ਦਿੱਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਹਨਾਂ ਮੁੱਦਿਆਂ 'ਤੇ ਸੰਘਰਸ਼ ਕਰਨਗੇ। ਬਿਲਕੁਲ ਜੀ, ਜਿਹੜਾ ਅਸੀਂ 1.5 ਸਾਲ ਕਿਸਾਨੀ ਦਾ ਇਤਿਹਾਸਿਕ ਘੋਲ ਲੜਿਆ, ਉਸ ਇਤਿਹਾਸਿਕ ਘੋਲ ਦੇ ਵਿੱਚ ਬਹੁਤ ਵੱਡੀ ਪੱਧਰ 'ਤੇ ਲੋਕ ਚੇਤਨ ਹੋਏ ਨੇ, ਜਾਗਰੂਕ ਹੋਏ ਨੇ। ਉਹਨਾਂ ਦੇ ਵਿੱਚ ਇੱਕ ਤਾਂਗ ਪੈਦਾ ਹੋਈ ਹੈ, ਉਹ ਬਦਲ ਭਾਲਦੇ ਨੇ। ਉਹ ਬਦਲ ਆਮ ਆਦਮੀ ਪਾਰਟੀ ਵਾਲਾ ਨਹੀਂ ਭਾਲਦੇ, ਉਹ ਬਦਲ ਮਨਪ੍ਰੀਤ ਬਾਦਲ ਵਾਲਾ ਨਹੀਂ ਭਾਲਦੇ, ਉਹ ਬਦਲ ਹਕੀਕੀ ਬਦਲ ਭਾਲਦੇ ਨੇ। ਇਸ ਕਰਕੇ ਸਾਡੇ ਲੋਕ ਇਹ ਚਾਹੁੰਦੇ ਸੀ ਕਿ ਇਹਨਾਂ ਵੋਟਾਂ 'ਚ ਕੀ ਹੋਊਗਾ, ਕੀ ਕਰਨਾ ਚਾਹੀਦਾ, ਕਿਵੇਂ ਆਪਾਂ ਆਪਣੀ ਗੱਲ ਲੈ ਕੇ ਜਾਈਏ। ਲੋਕਾਂ ਦੀ ਚੇਤਨਾ ਵਧੀ ਹੈ, ਲੋਕ ਐਤਕੀ ਵੋਟਾਂ ਵਾਲਿਆਂ ਨੂੰ ਪਿੰਡਾਂ ਦੇ ਵਿੱਚ ਸਵਾਲ ਕਰ ਰਹੇ ਨੇ, ਸਵਾਲ ਨਾਮੇ ਤਿਆਰ ਕੀਤੇ ਹੋਏ ਨੇ। ਜਿਹੜੇ ਇੱਥੋਂ ਦੇ ਹਾਕਮ ਪਾਰਟੀਆਂ ਨੇ ਉਹ ਵੋਟ ਬਟੋਰੂ ਨੇ, ਉਹ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਸਵਾਲਾਂ ਤੋਂ ਭੱਜ ਰਹੇ ਨੇ। ਕੋਰੜਾ ਪਿੰਡ ਹੈ, ਉੱਥੇ ਜਿਹੜਾ ਕਾਂਗਰਸ ਦੇ ਵਿੱਚ ਜਗਮੀਤ ਬਰਾੜ ਜਿਹੜਾ ਅੱਜ ਕੱਲ੍ਹ ਅਕਾਲੀਆਂ ਦੇ ਵਿੱਚ ਰਲਿਆ, ਜਦੋਂ ਉਹਨੂੰ ਸਵਾਲ ਕੀਤੇ ਉਹ ਕਹਿੰਦਾ ਲੋਕ ਜਿੱਤੇ ਅਸੀਂ ਹਾਰੇ, ਉੱਥੋਂ ਭੱਜਿਆ। ਹਰਸਿਮਰਤ ਨਹੀਂ ਜਵਾਬ ਦੇ ਰਹੀ, ਉਹ ਇਕੱਠਿਆਂ 'ਚੋਂ ਭੱਜ ਰਹੀ ਹੈ। ਢੀਂਡਸਾ ਤੋਂ ਲੋਕਾਂ ਨੇ ਮਾਫ਼ੀ ਮੰਗਾਈ ਹੈ, ਇਹ ਚੇਤਨਾ ਦਾ ਪ੍ਰਸਾਰ ਹੈ, ਇਹ ਆਈ ਉਹਨਾਂ ਨੂੰ ਸੋਝੀ ਦਾ ਵਧਾਰਾ ਹੈ। ਉਹਨਾਂ ਨੂੰ ਪਤਾ ਕਿ ਵੋਟਾਂ ਰਾਹੀਂ ਸਾਡੇ ਮਸਲੇ ਹੱਲ ਨਹੀਂ ਹੋਣੇ, ਇੱਕੋ ਇੱਕ ਰਾਹ ਸੰਘਰਸ਼ਾਂ ਦਾ ਰਾਹ।